सो गुड मॉर्निंग जी, गुड मॉर्निंग फ्रॉम अंबाला। तो अपा राती अंबाला जा गए सीगे ते ऐस होटल दे विच अपा रुके सीगे ते इह बाई हुणा ने करवा के दित्ता जी। की हाल चाल ने बाई पहला दा? वधिया। की कारोबार करदे हो बाई इधर पे? ट्रांसपोर्ट दा। ट्रांसपोर्ट ही बहुत आए हुए ना पंजाब वालों सारे ने चले गड्डी में ट्रांसपोर्ट ते कादे काए हो बाई फिर? फादर साहब आए थे। ठीक है जी, सही है भाई। बहुत बहुत धन्यवाद थोड़ा। बाई ने ना सानू कल कॉल करके कहंदे ना कोई नी तुहाडे रहण दा इंतजाम असीं करदे अंबाले। तो उन्होंने ना सोचा कि इन्हां नू बात ज्यादा की पाउणी, इन्हां नू शहर ते साडा ना होटल च प्रबंध कराता। सो बाई बहुत बहुत थैंक यू है जी। धन्यवाद जी, बहुत बहुत थोड़ा। फिर मिलेंगे जी, मारना गेड़ा छेती, फिर घरे आके जावांगे। वाहेगुरु जी का खालसा, बोले सो निहाल, श्री अकाल। सो लो जी, लुधियाना 107 किलोमीटर अज अपनी अगली डेस्टिनेशन है लुधियाना। लुधियाना रह गया सारा 100 किलोमीटर, अज जाके आप लुधियाने च स्टे करनी है। कालू होम स्वीट होम, कलथम पेंट फगवाड़ा, शहर ते नवा शहर जिला। आए हाय हाय हाय, बड़े दिनों बाद पहुंचना जी अपने घर। ते घर जाके घरदियां नूं मिलांगे, मित्रां दोस्तां नूं मिलांगे, है ना। ते दिन हो गया जी अज 286, ते राइड तुहानूं दसदी 107 किलोमीटर दी है ना। सो आ जाओ, अज तां मौसम भी ऐन पूरा खुला पिया, सूरज एन चढ़े हुआ, सूरज सूहनी। बस इको प्रॉब्लम है कि मगरला जिहड़ा हप हुंदी है ना टायर दी, उह खराब हुई हुआ। ਉਹ ਜੇ 100 ਕਿਲੋਮੀਟਰ ਕਰ ਜਾਵੇ ਤਾਂ ਸਾਰਿਆਂ ਨਾਲੋਂ ਵਧੀਆ। ਵੈਸੇ ਮੈਨੂੰ ਲੱਗਦਾ ਅਸੀਂ ਦਿੱਲੀ ਤੋਂ ਇੱਦਾਂ ਇਹਨੂੰ ਧੁੰਦੇ ਲੈ ਕੇ ਆ ਰਹੇ ਹਾਂ, ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੁੰਦਾ। ਰਾਤ ਨੂੰ ਲੇਟ ਪਹੁੰਚੀ ਦਾ, ਦੁਕਾਨਾਂ ਬੰਦ ਹੋ ਜਾਂਦੀਆਂ। ਸਵੇਰ ਨੂੰ ਜਦੋਂ ਤੁਰ ਪਈਦਾ ਹੈ ਦੁਕਾਨਾਂ ਲੇਟ ਖੁੱਲਦੀਆਂ ਨੇ। ਐਤਵਾਰ ਸੀਗਾ ਤਾਂ ਕਰਕੇ। ਸੋ ਕੋਈ ਨੀ, ਜੇ ਖੁੱਲੇ ਗਿਆ ਤਾਂ ਫੇਰ ਤਾਂ ਕਰਾਉਣਾ ਹੀ ਪੈਣਾ, ਬਾਕੀ ਆ ਜਾਓ। ਸੋ ਲਓ ਜੀ, ਛੰਬੂ ਕਨੌਰ ਤੇ ਬਪਰੋ ਪੰਜਾਬੀ ਆ ਗਈ ਆ ਉੱਪਰ। ਇਹਦਾ ਮਤਲਬ ਕਿ ਆਪਾਂ ਪੰਜਾਬ ਦੀ ਧਰਤੀ ਤੇ ਪੈਰ ਰੱਖ ਲਿਆ। ਘੱਟੋ ਘੱਟ ਨੀ 9.5-10 ਮਹੀਨਿਆਂ ਬਾਅਦ ਆਪਾਂ ਪੰਜਾਬ ਵਾਪਸ ਪੈਰ ਧਰਿਆ। ਕਿੰਨੀ ਖੁਸ਼ੀ ਆ ਮੈਨੇ, ਬਹੁਤ ਜਿਆਦਾ ਖੁਸ਼ੀ ਆ ਬਈ। ਬੜੇ ਉਤਾਰ ਚੜਾ ਦੇਖੇ ਨੇ ਅਸੀਂ ਪੰਜਾਬ ਚ, ਇਹਦਾ ਨਿਕਲੇ ਸੀਗੇ ਰਾਜਸਥਾਨ ਚ ਵੜ ਗਏ ਸੀਗੇ 7 ਦਿਨਾਂ ਬਾਅਦ, ਹੈਨਾ। ਘੱਟੋ ਘੱਟ ਨੀ 280 ਕੁ ਦਿਨ ਤਾਂ ਜਰੂਰ ਹੋ ਗਏ ਹੋਣੇ ਆ ਸਾਨੂੰ ਪੰਜਾਬ ਚੋਂ ਬਾਹਰ ਨਿਕਲਿਆ ਨੂੰ। ਵਾਹਿਗੁਰੂ ਜੀ, ਬੜੀ ਖੁਸ਼ੀ ਆ ਜੀ। ਸੋ ਸਾਰਿਆਂ ਦਾ ਨਾ ਵੈਲਕਮ ਹੈ ਜੀ ਤੁਹਾਡੇ ਆਪਣੇ ਪੰਜਾਬ ਦੇ ਵਿੱਚ, ਕਿਉਂਕਿ ਸਾਨੂੰ ਤਾਂ ਜ਼ਿਆਦਾ ਪੰਜਾਬੀ ਦੇਖਦੇ ਨੇ ਨਾ। ਤੇ ਲਓ ਫਿਰ ਪੰਜਾਬੀ ਫਿਰ ਇਸ ਵੀਡੀਓ ਦੇ ਥੱਲੇ ਹੈ ਨਾ ਕਮੈਂਟਾਂ ਦੀ ਝੜੀ ਲੱਗ ਜਾਣੀ ਚਾਹੀਦੀ ਆ, ਕੰਗਰੈਚੁਲੇਸ਼ਨ ਲੈ ਕੇ ਨਾ ਆਪਣੇ ਮੂੰਹੋਂ ਆ ਪਈ ਕੰਗਰੈਚੁਲੇਸ਼ਨ ਕਹਾ। ਹਾਂ, ਸਾਡੀ ਫੈਮਿਲੀ ਆ। ਇੱਕ ਵਾਰੀ ਨਾ ਦੇੜ ਕੇ ਰੱਖ ਦਿਓ ਕਮੈਂਟ ਸੈਕਸ਼ਨ, ਇੰਨੇ ਕਮੈਂਟ ਹੋਣ ਥੱਲੇ, ਰਿਪਲਾਈ ਹਰੇਕ ਦਾ ਹੀ ਆਊਗਾ, ਵੈਸੇ ਵੀ ਹਰੇਕ ਦਾ ਹੀ ਕਰੀਦਾ। ਸੋ ਵਧਾਈਆਂ ਹੈ ਜੀ, ਆਪਾਂ ਪੰਜਾਬ ਚ ਐਂਟਰ ਹੋ ਗਏ ਆ। ਮੌਸਮ ਆਪਣਾ ਇੱਕੋ ਜਿਹਾ ਹੀ ਹੋ ਗਿਆ ਹੁਣ। ਤੁਹਾਨੂੰ ਟਾਇਰ ਦੀਦਾ ਹੋਣਾ, ਦੇਖ ਲਓ ਕਿੱਦਾਂ ਇਹ ਹਿਲਦਾ ਹੈ, ਇਹ ਆਦੇ ਇਹ ਆਦੇ। ਸੋ ਨਾ ਆਪਾਂ ਹੁਣ ਨਾ ਇੱਕ ਡਿਸੀਜ਼ਨ ਜਿਹਨੂੰ ਕਹਿੰਦੇ ਹੁੰਦੇ, ਆਪਾਂ ਨਾ ਇੱਕ ਡਿਸੀਜ਼ਨ ਲਿਆ ਕਿ ਅਸੀਂ ਨਾ ਰਾਜਪੁਰੇ ਰੁਕਾਂਗੇ। ਰਾਜਪੁਰੇ ਨਾ ਕੋਈ ਸ਼ੋਪ ਦੇਖਾਂਗੇ ਸਾਈਕਲ ਵਾਲੀ, ਹੈ ਨਾ। ਸਾਈਕਲ ਵਾਲੀ ਸ਼ੋਪ ਤੇ ਜਾ ਕੇ ਉੱਥੇ ਨਾ ਕੰਮ ਕਰਵਾ ਲਈਏ, ਕਿਉਂਕਿ ਇਹ ਜਾਣਾ ਨੀ। ਬਹੁਤ ਆਵਾਜ਼ ਕਰਨ ਲੱਗਾ ਇਹ ਰਾਜਪੁਰੇ। ਇੱਕ ਤਾਂ ਸਾਈਕਲ ਦਾ ਕੰਮ ਕਰਾ ਲੈਂਦੇ ਆ, ਇੱਕ ਅਸੀਂ ਖੜ ਕੇ ਰੋਟੀ ਖਾ ਲਾਂਗੇ, ਦੋ ਕੰਮ ਹੋਗਾ। ਤੇ ਤੀਸਰਾ ਇੱਕ ਚੰਡੀਗੜ੍ਹ ਤੋਂ ਸਬਸਕ੍ਰਾਈਬਰ ਆ, ਉਹਨਾਂ ਨੇ ਮਿਲਣ ਆਉਣਾ, ਕਹਿੰਦੇ ਰਾਜਪੁਰੇ ਸਾਡੀ ਵੇਟ ਕਰਿਓ। ਸੋ ਆਪਾਂ ਮਿਲਣਾ ਵੀ ਪਹਿਲੇ ਨੰਬਰ ਤੇ ਆਪਾਂ ਨੂੰ, ਕਿਉਂਕਿ ਅਗਲਿਆਂ ਨੇ ਸਾਨੂੰ ਟਾਈਮ ਦਿੱਤਾ, ਅਸੀਂ ਉਹਨਾਂ ਨੂੰ ਟਾਈਮ ਦੇ ਰਹੇ ਹਾਂ। ਪਰ ਉਹ ਕਹਿੰਦੇ ਅਸੀਂ ਇੱਧਰ ਆ ਜਾਂਦੇ ਹਾਂ ਨਾ ਤੁਹਾਨੂੰ ਮਿਲਣ, ਤੇ ਇਸ ਤੋਂ ਬਾਅਦ ਫਿਰ ਖੰਨੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਜਾ ਕੇ ਮਿਲਣਾ ਹੈ। ਦੋ ਜਗ੍ਹਾ ਤੇ ਮਿਲਣ ਤੋਂ ਬਾਅਦ ਫਿਰ ਲੁਧਿਆਣੇ ਪਹੁੰਚਾਂਗੇ। ਚਲੋ ਕੋਈ ਨੀ, ਅੱਜ 9:30-10 ਵਜੇ ਵੀ ਪਹੁੰਚ ਗਏ, ਕੋਈ ਵੱਡੀ ਗੱਲ ਨੀ ਹੈ, ਕਿਉਂਕਿ ਏਰੀਆ ਆਪਣਾ ਹੈ ਨਾ। ਪਹੁੰਚ ਗਏ ਹਾਂ ਜੀ,
ਸ਼ੌਪ ਤੇ ਤੇ ਬਾਈ ਹੁਣਾਂ ਨੇ ਸਾਈਕਲ ਖੋਲ ਲਿਆ ਏ ਇਹ ਕਹਿੰਦੇ ਛੇਤੀ ਫਟ ਕਰ ਦਾਂਗੇ ਮਨ ਹੁਣਾਂ ਨੇ ਪਟਾਰੀ ਖੋਲ ਲਈ ਰੋਟੀ ਦੀ ਇਹ ਕਹਿੰਦੇ ਰੋਟੀ ਕੁਛ ਨਹੀਂ ਖਾਦਾ ਸਵੇਰ ਦਾ ਇਹਨਾਂ ਦੇ ਨਾ ਆਹ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਆਹ ਵਾਲੀਆਂ ਇਹ ਚ ਗੋਲੀਆਂ ਪੈਂਦੀਆਂ ਨੇ ਨਾ ਸੋ ਇਸ ਲਈ ਕਿਸੇ ਨੇ ਵੀ ਜਿਹਨੇ ਨਵਾਂ ਸਾਈਕਲ ਲੈਣਾ ਹੈ ਕੋਈ ਗੋਲੀਆਂ ਵਾਲਾ ਤਾਂ ਨਾ ਹੀ ਲਵੇ ਹੈ ਨਾ ਐਕਸਲ ਵਾਲੇ ਬੈਸਟ ਹੈ ਠੀਕ ਹੈ ਜੀ ਪ੍ਰਸ਼ਾਦਾ ਛਕ ਲਈਏ ਸਾਈਕਲ ਜਾਨੂੰ ਬਾਈ ਹੁਣਾਂ ਨੇ ਸਹੀ ਕਰ ਦੇਣਾ ਫੇਰ ਨਿਕਲਦੇ ਇੱਥੋਂ ਖੇਤੀ ਕੰਮ ਹੋ ਜਾਣਾ ਓਏ ਮੱਖਣਾ ਛੇਤੀ ਸਾਈਕਲ ਖਰਚੇ ਸਾਡੇ ਵਾਲਾ ਠੀਕ ਹੋ ਗਿਆ ਮੈਂ ਘੱਟੋ ਘੱਟ ਕਿਲੋਮੀਟਰ ਦਾ ਫਾਸਲਾ ਪਾਤਾ ਇਹਨਾਂ ਜਿਆਦਾ ਸਾਈਕਲ ਦਾ ਕਿਰਾਇਆ ਦੇਖੋ ਕਿੰਨੇ ਕਰਾਵੇ ਸਾਈਕਲ ਪਹਿਲਾਂ ਆਵਾਜ਼ ਕਰਦਾ ਸੀ ਮੈਂ ਨਾਲ ਨਾਲ ਆ ਗਿਆ ਮੈਂ ਕਿਹਾ ਕਿਤੇ ਖੁੱਲ ਨਾ ਜਾਵੇ ਹਨਾ ਬੰਦਾ ਕੋਲ ਰਹੂਗਾ ਹੁਣ ਆਉਣਾ ਆ ਜੀ ਤੈਨੂੰ ਰਾਹ ਤਾਂ ਪਤਾ ਹੀ ਹੁਣ ਤਾਂ ਲੱਗ ਗਈ ਹੁਣ ਕਿਹੜਾ ਗਵਾਚਣ ਲੱਗੀ ਆ ਆ ਜੀ ਮੈਂ ਚੱਲਦਾ ਪਿੰਡ ਨੂੰ ਆਜੋ ਬਾਈ ਵਧਾਈਆਂ ਤੁਹਾਨੂੰ ਇੱਕ ਤਾਂ ਪੰਜਾਬ ਦੀਆਂ ਗਿਆ ਪੰਜਾਬ ਚ ਬੜੇ ਆ ਇੱਕ ਆਪਣਾ ਸਾਈਕਲ ਵੀ ਸੈੱਟ ਹੋ ਗਿਆ ਇਹਦੀਆਂ ਵੀ ਵਧਾਈਆਂ ਤੁਹਾਨੂੰ ਜਿਹੜੇ ਆਪਾਂ ਦੱਸਿਆ ਸੀ ਬਾਈ ਹੁਣਾਂ ਨੂੰ ਮਿਲਣਾ ਨਾ ਸਰਹੰਦ ਜਾ ਕੇ ਬਾਈ ਹੁਣਾਂ ਤਾਂ ਵੀ ਰਿਹਾ ਨੀ ਗਿਆ ਬਾਈ ਹੁਣੀ ਇੱਧਰ ਨੂੰ ਗੱਡੀ ਪਾ ਲਈ ਸੋ ਬਾਈ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਨੇ ਕਿਹੜੇ ਏਰੀਏ ਤੇ ਬਾਈ ਇਧਰੋਂ ਪਟਿਆਲੇ ਤੋਂ ਹਨਾ ਨਾਲੇ ਪਿੰਡ ਆ ਪਟਿਆਲੇ ਦੀ ਆਪਣਾ ਆਨੰਦਪੁਰ ਕੇਸ਼ ਠੀਕ ਹੈ ਬਾਈ ਤੇ ਸਾਈਕਲਿੰਗ ਵੀ ਕਰਦੇ ਹੋ ਹਾਂਜੀ ਅਸੀਂ ਮਤਲਬ ਮਾਰਨਿੰਗ ਔਰ ਈਵਨਿੰਗ ਕਰਦੇ ਹਾਂ ਦੋਨੋਂ ਟਾਈਮ ਠੀਕ ਹੈ ਬਾਈ ਦੋਨੇ ਜਾਣੇ ਨਹੀਂ ਅਸੀਂ ਪੰਜ ਜਾਣੇ ਅੱਛਾ ਪੰਜ ਛੇ ਜਾਣੇ ਹੋ ਤੁਸੀਂ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਪਹਿਲਾਂ ਤਾਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਚੈਨ ਵੀ ਟੁੱਟ ਗਈ ਦੁਆਰਾ ਪਵਾ ਕੇ ਆਏ ਆ ਜੀ ਫੇਰ ਉਹਦੀਆਂ ਆੜੀਆਂ ਤੇ ਬਾਈ ਤੁਹਾਡਾ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਫਿਰ ਜੀ ਰਿਫਰੈਸ਼ਮੈਂਟ ਲੈਣੇ ਆ ਜੀ ਲੈਣ ਤੋਂ ਬਾਅਦ ਫੇਰ ਇੱਥੋਂ ਨਿਕਲਦੇ ਹਨਾ ਇੰਨਾ ਪਿਆਰ ਮਿਲਦਾ ਹੈ ਜਦੋਂ ਤੁਸੀਂ ਇਹਨਾਂ ਕੁਛ ਕਰਨਾ ਚਾਹੋ ਹਨਾ ਤਾਂ ਤੁਸੀਂ ਇੱਕ ਵਾਰੀ ਘਰੋਂ ਬਾਹਰ ਨਿਕਲੋ ਹਨਾ ਲੋਕ ਤਾਂ ਇੰਨੇ ਚੰਗੇ ਨੇ ਹਨਾ ਤੁਹਾਡੇ ਨਾਲ ਫਿਰ ਚੰਗੇ ਬੰਦੇ ਜੁੜਦੇ ਜਾਂਦੇ ਨੇ ਹਨਾ ਸੋ ਬਾਈ ਦਿਲੋਂ ਧੰਨਵਾਦ ਤੁਹਾਡਾ ਦੋਨਾਂ ਦਾ ਯਾਰ ਵਾਹਿਗੁਰੂ ਜੀ ਸੋ ਦੇਖ ਲਓ ਜੀ ਕਿੰਨੇ ਲੱਕੀ ਆ ਜੀ ਤੇ ਪਰਮਾਤਮਾ ਇੱਦਾਂ ਹੀ ਇੱਕ ਮਿੰਟ ਵਾਹਿਗੁਰੂ ਸੋ ਤੈ ਦਿਲੋਂ ਧੰਨਵਾਦ ਆ ਜੀ ਸਾਰਿਆਂ ਦੇ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਤੇ ਜਿੰਨੇ ਵੀ ਰਾਹ ਦੇ ਵਿੱਚ ਮਿਲਣ ਆ ਰਹੇ ਨੇ ਹਨਾ ਸਾਰਿਆਂ ਦਾ ਦਿਲੋਂ ਧੰਨਵਾਦ ਜਿੱਦਾਂ ਹੁਣ ਬਾਈ ਹੁਣੀ ਆਏ ਨੇ ਤੇ ਮਗਰ ਜਿੱਥੇ ਆਪਾਂ ਟਾਇਰ ਦਾ ਕੰਮ ਕਰਵਾਇਆ ਸੀ ਉੱਥੇ ਇੱਕ ਲੇਡੀਜ਼ ਆਏ ਸੀਗੇ ਚੰਡੀਗੜ੍ਹ ਤੋਂ ਉਹ 40 ਕਿਲੋਮੀਟਰ ਚਲਾ ਕੇ ਬਾਈਕ ਇੱਥੇ ਮੇਨ ਰੋਡ ਤੇ ਆਏ ਨੇ ਉਹਨਾਂ ਨੇ ਕਿਹਾ ਸਾਡਾ ਸ਼ੂਟ ਨਾ ਕਰਿਓ ਉਹ ਮਿਲ ਕੇ ਗਏ ਨੇ ਫਿਰ ਸਵੇਰੇ ਬਾਈ ਨੇ ਜਿਹਨਾਂ ਨੇ ਰਾਤੀ ਹੋਟਲ ਕਰਵਾਇਆ ਸੀ ਉਹ ਵੀ ਸਬਸਕ੍ਰਾਈਬਰ ਸੀਗੇ ਉਹ ਵੀ ਸਵੇਰੇ ਮਿਲ ਕੇ ਗਏ ਨੇ ਉਹ ਬੜਾ ਵਧੀਆ ਲੱਗਦਾ ਤੇ ਹੁਣ ਅੱਗੇ ਜਾਣਾ ਹੈ ਖੰਨੇ ਜਾ ਕੇ ਫੋਨ ਕਰਨਾ ਹੈ ਉੱਥੇ ਉਹ ਵੀ ਆਪਾਂ ਨੂੰ ਫੋਲੋ ਕਰਦੇ ਨੇ ਉਹਦਾ ਮੈਨੂੰ ਲੱਗਦਾ ਸਾਰਾ ਪਿੰਡ ਦਾ ਪਿੰਡ ਮੈਨੂੰ ਲੱਗਦਾ ਆਉਣਾ ਉਹਨਾਂ ਦਾ ਉਹ ਜ਼ਿਆਦਾ ਪਿਆਰ ਕਰਦੇ ਨੇ ਆਪਣੇ ਨਾਲ ਤੇ ਆਇਆ ਉਹਨਾਂ ਨਾਲ ਵੀ ਮਿਲਾਉਂਦੇ ਆ ਫੇਰ ਖੰਨੇ ਵਾਲਿਆਂ ਨਾਲ ਵੀ ਗੱਡੀਆਂ ਦਾ ਮੇਲਾ ਲੱਗਾ ਪਿਆ ਇੱਥੇ ਐਨ ਪੂਰਾ ਤੇ ਇਹ ਏਰੀਆ ਹੈਗਾ ਜੀ ਸਰਹੰਦ ਤੋਂ ਪਿੱਛੇ ਆ ਨਾ ਸਾਧੂਗੜ੍ਹ ਹੈ ਦੇਖੋ ਤਾਂ ਕਿੱਦਾਂ ਗੱਡੀਆਂ ਗੱਡੀਆਂ ਇਕੱਠੀਆਂ ਕੀਤੀਆਂ ਵਿਆਹ ਤੇ ਆਈਆਂ ਹੋਣੀਆਂ ਜਿੱਦਾਂ ਸਾਰੀਆਂ ਆ ਦੇਖ ਲਾ ਮੈਨੇ ਜਿੱਦਣ ਨੂੰ ਮਰਜੀ ਦੱਸ ਕਿਹੜੀ ਲੈਣੀ ਗੱਡੀ ਤਾਂ ਨਵੀਂ ਲੈਣੀ ਨਵੀਂ ਆਇਓ ਜੀ ਕਿੰਨੀ ਵਰਕਸ਼ਾਪ ਇੱਕੋ ਰੋਡ ਤੇ ਵਰਕਸ਼ਾਪ ਪਾਈਆਂ ਆ ਸਾਰਿਆਂ ਨੇ ਨੈਕਸਟ ਟੂਰ ਤੇ ਮੈਂ ਸੋਚ ਰਿਹਾ ਨਾ ਜਦੋਂ ਵੀ ਨਿਕਲਣਾ ਹੈ ਆਪਾਂ ਵੀ ਮੈਂ ਮੰਨੇ ਤੈ ਤੂੰ ਘਰੇ ਰਹਿ ਲਈ ਮੈਂ ਕੱਲਾ ਟੂਰ ਕੱਢ ਕੇ ਆਊਂਗਾ ਓਕੇ ਉਸ ਦਿਨ ਤੂੰ ਘਰੇ ਰਹਿ ਤੂੰ ਕਿਉਂ ਐਵੇਂ ਲੱਤਾਂ ਦਿਖਾਉਂਦੀ ਰਹਿੰਦੀ ਆ ਤੇ ਮੈਂ ਕੱਲਾ ਹੀ ਆ ਕੇ ਆਊਂਗਾ ਤੈਨੂੰ ਕਾਹਦੀ ਟੈਨਸ਼ਨ ਹੈ ਤੈਨੂੰ ਕਾਹਦੀ ਟੈਨਸ਼ਨ ਹੈ ਤੈਨੂੰ ਮੇਰੇ ਤੇ ਯਕੀਨ ਨੀ ਹੈਗਾ ਹੈਗਾ ਨਾ ਬਸ ਫਿਰ ਮੈਂ ਕੱਲੇ ਨਾਲ ਮੈਨੂੰ ਪਾਣੀ ਦੇ ਦੇ ਕੱਲੀ ਪੀ ਜਾਂਦੀ ਆ ਪਾਣੀ ਤਾਂ ਦੂਜੀ ਪਹਿਲਾਂ ਕੋ ਨਾਲ ਲੈ ਕੇ ਜਾਣਾ ਆ ਨਾਲ ਲੈ ਕੇ ਜਾਣਾ ਫੜ ਇੱਕ ਵਾਰੀ ਕਹਿੰਦੀ ਨਾਲ ਲੈ ਕੇ ਜਾਣਾ ਫੜ ਸਮਾਨ ਨਾਲ ਲੈ ਕੇ ਜਾਣਾ
ਦੇਖਿਆ ਬਗਾਨੇ ਤਾਰਦੇ ਹੁੰਦੇ ਆਪਣੇ ਡੋਬਦੇ ਹੁੰਦੇ ਪਤਾ ਲੱਗ ਗਿਆ ਇਥੋਂ ਬਸ ਲੱਗ ਗਿਆ ਪਤਾ ਮੈਂ ਨਾ ਕਹਾ ਮੇਰੇ ਨਾਲ ਟਾਇਰ ਕੇ ਪੈਂਚਰ ਦਾ ਸੂਈ ਖੋਬਦੀ ਤੂੰ ਆ ਤੂੰ ਹੀ ਖੋਬਦੀ ਆ ਸੂਈਆਂ ਬਾਈ ਹੁਣੀ ਰਾਹ ਚ ਮਿਲੇ ਨੇ ਆਪਾਂ ਨੂੰ ਬਾਈ ਹੁਣੀ ਨਕੋਦਰ ਤੋਂ ਨੇ ਤੇ ਇਧਰ ਕਿਸੇ ਕੰਮ ਕਰਕੇ ਆਏ ਸੀ ਤੇ ਬਾਈ ਹੁਣੀ ਆਪਣੀ ਵੀਡੀਓ ਦੇਖਦੇ ਨੇ ਯੂਟਿਊਬ ਤੇ ਹਨਾ ਤੇ ਲੱਕੜੀ ਅਸੀਂ ਮਿਲ ਗਏ ਸੋ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਨਹੀਂ ਤੁਸੀਂ ਰੱਖ ਲਓ ਇਹਨੂੰ ਜੀ ਖਾਣੇ ਨੀ ਖਾਣ ਨੂੰ ਸਾਡਾ ਬੰਨਿਆ ਪਿਆ ਕਿੰਨਾ ਸਮਾਨ ਅੱਜ ਤਾਈ ਮੈਨੂੰ ਓਦਾਂ ਏਦਾਂ ਕਰ ਲੈਣੇ ਆ ਹਾਂ ਇੱਕ ਇੱਕ ਦੇ ਦਿਓ ਬਸ ਇਹ ਖਾ ਲੈਣੇ ਬਸ ਹਾਂ ਤੁਸੀਂ ਖਾ ਲਿਓ ਜੀ ਬਸ ਅਸੀਂ ਮਾਰਾਂਗੇ ਕਿਹੜਾ ਨਕੋਦਰ ਵੱਲ ਨੂੰ ਜੀ ਬਸ ਤੁਸੀਂ ਇਦੇ ਪਿਆਰ ਬਣਾਈ ਰੱਖਿਓ ਦੇਖਦੇ ਰਿਹਾ ਕਰੋ ਠੀਕ ਆ ਜੀ ਬਾਈ ਫਿਰ ਨਿਕਲਦੇ ਨਾ ਫਿਰ ਓਕੇ ਜੀ ਧੰਨਵਾਦ ਜੀ ਬਹੁਤ ਬਹੁਤ ਓਕੇ ਬਾਈ ਜੀ ਓਕੇ ਜਰੂਰ ਬਾਈ ਜੀ ਜਰੂਰ ਜੀ ਓਕੇ ਜੀ ਲਓ ਜੀ ਅੱਜ ਮੈਂ ਲਾਇਦਾ ਨੀ ਲੁਧਿਆਣੇ ਤਾਈ ਪਹੁੰਚਦੇ ਆਪਾਂ ਖੰਨਾ 4 ਕਿਲੋਮੀਟਰ ਰਹਿ ਗਿਆ ਜੀ ਲੁਧਿਆਣਾ ਆ ਉਹ ਘੱਟੋ ਘੱਟ 48, 47, 46 ਜਾਣੀ 45 ਰੱਖ ਲਓ 3 ਵੱਜ ਗਏ ਆ ਤੇ ਆਪਣਾ ਡਰ ਮਾਸਾ ਨੀ ਹੈਗਾ ਚਿਹਰੇ ਤੇ ਪਤਾ ਕਿਉਂ ਏਰੀਆ ਆਪਣਾ ਬਹੁਤ ਫਰਕ ਪੈਂਦਾ ਆਪਣੇ ਏਰੀਏ ਦਾ ਹੁਣ ਇੱਥੇ ਇਹ ਆ ਕਿ 9-10 ਵੀ ਵੱਜਣ ਕੋਈ ਗੱਲ ਨੀ ਹਨਾ ਚਾਈ ਇੰਨਾ ਉਹਦੇ ਨਾਲ ਖੰਨਾ 4 ਤੇ ਫਲੋਰ 65 ਵਾਜੀ ਵਾ ਵਾਜੀ ਵਾ ਵਾਜੀ ਵਾ ਮੁੰਡਾ ਕੁੜੀ ਨਾਲ ਸੋਹਣੀ ਤੇ ਕੁੜੀ ਮੁੰਡੇ ਨਾਲ ਸੋਹਣਾ ਵਾਜੀ ਵਾ ਵਾਜੀ ਵਾ ਮੁੰਡੇ ਦੇ ਡੈਡੀ ਸੋਹਣੀ ਹੋ ਜਾਂਦਾ ਵਾਜੀ ਵਾ ਕਿਉਂਕਿ ਅਸੀਂ ਆਰਕੈਸਟਰਾ ਵਾਲੇ ਹੁੰਦੇ ਆ ਵਾਜੀ ਵਾ ਵਾਹਿਗੁਰੂ ਜੀ ਸਵਾਜਾ ਜੀ ਖੰਨੇ ਜਾ ਕੇ ਆਪਾਂ ਫੋਨ ਕਰਨਾ ਏ ਤੇ ਜਿਹਨਾਂ ਨਾਲ ਆਪਾਂ ਮਿਲਣਾ ਏ ਫਿਰ ਉਹਨਾਂ ਨੇ ਆ ਜਾਣਾ ਉਹਨਾਂ ਨੂੰ ਮਿਲ ਕੇ ਫਿਰ ਸਿੱਧੀ ਜਿਹੜੀ ਫਲਾਈਟ ਰੋਕਣੀ ਜਾ ਕੇ ਲੁਧਿਆਣਾ ਲੈਂਡ ਕਰਨੀ ਆਪਾਂ ਲੁਧਿਆਣੇ ਰੁਕਣਾ ਆਪਾਂ ਅੱਜ ਜਰਨੈਲ ਸਿੰਘ ਜੀ ਦੇ ਘਰੇ ਜਿਹਨਾਂ ਨੇ ਸਾਡਾ ਸਾਰੇ ਜਾਣੀ ਕਿ ਆਲਮੋਸਟ 80-90% ਗੁਰਦੁਆਰਾ ਸਾਹਿਬ ਚ ਰਹਿਣ ਦਾ ਉਹਨਾਂ ਨੇ ਕਰਵਾਇਆ ਸੀਗਾ ਤੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਸ ਟੂਰ ਦੇ ਵਿੱਚ ਸੋ ਉਹਨਾਂ ਨੂੰ ਜਾ ਕੇ ਵੀ ਮਿਲਣਾ ਏ ਤੇ ਨਾਲੇ ਤੁਹਾਨੂੰ ਵੀ ਮਿਲਾਉਂਦੇ ਆ ਆਇਆ ਜੀ ਫਿਰ ਸਬਰ ਵੱਢਦੇ ਆ ਛੇਤੀ ਤੇ ਛੇਤੀ ਛੇਵੀਂ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮੰਜੀ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੰਨਾ ਸੋਹਣਾ ਸਵਾਗਤ ਕੀਤਾ ਬਹੁਤ ਬਹੁਤ ਧੰਨਵਾਦ ਹੈ ਜੀ ਏਦੇ ਜੁੜੇ ਰਹੇ ਨਾਲ ਜੀ ਬਹੁਤ ਇੱਕ ਵਾਰੀ ਫੇਰ ਦੁਬਾਰ ਤੋਂ ਤੁਹਾਡਾ ਦਿਲੋਂ ਧੰਨਵਾਦ ਹੈ ਜੀ ਨਹੀਂ ਵਧੀਆ ਹੈ ਜੀ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਧੰਮ ਪਰਮੇਸ਼ਰ ਸਦਾ ਸਦਾ ਹਜ਼ੂਰੇ ਸਦਾ ਅੰਮ੍ਰਿਤਪਾਲ ਸਿੰਘ ਜੀ ਤੁਸੀਂ ਆਪਣੀ ਰਾਈਡ ਬਾਰੇ ਪਲੀਜ਼ ਸਾਨੂੰ ਇਨਫੋਰਮੇਸ਼ਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਇਹ ਯਾਤਰਾ ਸਟਾਰਟ ਕੀਤੀ ਸੀ ਜੀ 15 ਦਸੰਬਰ 2021 ਨੂੰ
ਤੇ ਅੱਜ ਸਾਨੂੰ 10 ਮਹੀਨਿਆਂ ਦੇ ਕੰਪਲੀਟ ਹੋ ਚੁੱਕੇ ਨੇ 10 ਮਹੀਨੇ ਪੂਰੇ ਹੋ ਚੁੱਕੇ ਨੇ ਤੇ ਅਸੀਂ ਇਹਦੇ ਵਿੱਚ 14 ਸਟੇਟਾਂ ਕਵਰ ਕੀਤੀਆਂ ਨੇ ਤੇ 5 ਯੂਨੀਅਨ ਟੈਰੀਟਰੀਆਂ ਅਸੀਂ ਸਟਾਰਟ ਕੀਤਾ ਹੈ ਪੰਜਾਬ ਤੋਂ ਫਗਵਾੜਾ ਸ਼ਹਿਰ ਹੈ ਤੇ ਕੌਥਮ ਪਿੰਡ ਹੈ ਮੇਰੇ ਨਾਲ ਨੇ ਮੇਰੀ ਘਰ ਵਾਲੀ ਨੇ ਅਮਨਜੋਤ ਕੌਰ ਅਸੀਂ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਕਰਨਾਟਕਾ ਗੋਆ ਕੇਰਲਾ ਤਾਮਿਲਨਾਡੂ ਥੱਲੇ ਹੁੰਦੇ ਹੋਏ ਸਾਊਥ ਚੋਂ ਐਨ ਇਹ ਸੈਂਟਰ ਚੋਂ ਉੱਪਰ ਆਏ ਹਾਂ ਤੇ ਅੱਜ ਅਸੀਂ ਇੱਥੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਆਏ ਹਾਂ ਤੇ ਸਾਡਾ ਬਹੁਤ ਸੋਹਣਾ ਇੱਥੇ ਸਵਾਗਤ ਕੀਤਾ ਗਿਆ ਤੇ ਆਸ਼ੀਰਵਾਦ ਮਿਲਿਆ ਜੀ ਦੇਖਿਆ ਫਿਰ ਕਿੰਨਾ ਸੋਹਣਾ ਸਵਾਗਤ ਹੋਇਆ ਨਾ ਪੰਜਾਬ ਆ ਕੇ ਸੋ ਬਹੁਤ ਢੋਲ ਪਾਣ ਨੂੰ ਤਿਆਰ ਸੀਗੇ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਆ ਜੀ ਗੁਰਦੁਆਰਾ ਸਾਹਿਬ ਨਾਲੋਂ ਤਾਂ ਹਨਾ ਕੋਈ ਵੱਡੀ ਹੈ ਹੀ ਨੀ ਥਾਂ ਤੇ ਹਨਾ ਹਾਂ ਜਰੂਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਦਿਓ ਜੀ ਇਜਾਜ਼ਤ ਸੋ ਠੀਕ ਹੈ ਬਾਈ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਆਪਾਂ ਮਿਲਾਂਗੇ ਠੀਕ ਹੈ ਬਾਈ ਇਹਨਾਂ ਗਾਹਾਂ ਓਕੇ ਚੰਗਾ ਬਾਈ ਜੀ ਬਾਈ ਬਾਈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੇ ਅਸੀਂ ਘਰ ਨਹੀਂ ਪਹੁੰਚੇ ਪਰ ਸਾਡਾ ਇੰਨਾ ਸੋਹਣਾ ਸਵਾਗਤ ਅੱਜ ਤਾਈ ਕਿਤੇ ਨਹੀਂ ਹੋਇਆ 290 ਦਿਨਾਂ ਚ ਮੈਨੂੰ ਲੱਗਦਾ ਫਸਟ ਟਾਈਮ ਇੰਨਾ ਵੱਡਾ ਸਵਾਗਤ ਕੀਤਾ ਨਾ ਸੋ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਜਿੰਨੇ ਵੀ ਸਾਨੂੰ ਦੇਖਦੇ ਨੇ ਜਿੰਨੇ ਨੇ ਵੀ ਸਾਨੂੰ ਰੋਕ ਕੇ ਆਪਣਾ ਸਮਾਂ ਦਿੱਤਾ ਸਾਨੂੰ ਮਿਲ ਕੇ ਗਏ ਨੇ ਚਾਹੇ ਅੱਜ ਚਾਹੇ ਕੱਲ ਚਾਹੇ ਪਰਸੋਂ ਤਿੰਨਾਂ ਵਲੌਗਾਂ ਚ ਨਾ ਤੇ ਬਾਕੀ ਜਿੰਨੇ ਘਰ ਬਹਿ ਕੇ ਵੀ ਦੇਖਦੇ ਨੇ ਸਭ ਚੜ੍ਹਦੀ ਕਲਾ ਚ ਰਹਿਣ ਕੇ ਆਪਣੇ ਲੁਧਿਆਣੇ ਦੀ 18 ਕਿਲੋਮੀਟਰ ਦੀ ਰਾਈਡ ਹੋਰ ਰਹਿ ਗਈ ਹੈ ਜੀ ਤੇ ਆ ਰਿਹਾ ਜੀ ਸਾਹਮਣੇ ਲੁਧਿਆਣੇ ਦਾ ਹਵਾਈ ਅੱਡਾ ਖੱਬੇ ਹੱਥ ਚ ਜਾਣਾ ਹੈ ਤਾਂ ਕਹਿੰਦੇ ਐਗਜ਼ਿਟ ਕਰ ਜਾਓ ਸਹੀ ਗੱਲ ਸੋ ਆਪਣਾ ਹਲੇ 18 ਕਿਲੋਮੀਟਰ ਦਾ ਸਫ਼ਰ ਹੋਰ ਪਿਆ ਏ ਹਨੇਰਾ ਕਾਫੀ ਹੋ ਗਿਆ ਲਾਈਟਾਂ ਜਗ ਪਈਆਂ ਨੇ ਤੇ ਥੱਲੇ ਦੇਖ ਲਾ ਕੀ ਹਾਲ ਹੈ ਜਾਮੇ ਜਾਮ ਲੱਗਾ ਪਿਆ ਇਸ ਲਈ ਸਾਨੂੰ ਸਾਰੇ ਪੁਲ ਚੜਾ ਕੇ ਆਉਣਾ ਪਿਆ ਏ ਵਾਹਿਗੁਰੂ ਜੀ ਬਹੁਤ ਅੱਛਾ